तकरीबन 1500 गुरसिखा ने अज अमृत स्नान किया है इस महान पवित्र स्थान से। उन्होंने मैं बेनती करांगा संत जरनैल सिंह जी खालसा पिंडा वाले को गुरबाणी के विचार को संतान जागरूक कराओ और जो विचार चल रही है वो संतान दे वाहेगुरु जी का खालसा वाहेगुरु जी की फतेह।
ਪਸੰਦ ਪਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਾਧ ਸੰਗ ਜਾ ਤੁਮਹਿ ਮਿਲਾਇਓ ਤਾਂ ਸੁਣੀ ਤੁਮਾਰੀ ਬਾਣੀ ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਬਖਸ਼ਲ ਕਿਰਪਾ ਦੇ ਖਜ਼ਾਨੇ ਨਿਮਰਤਾ ਦੇ ਅਹੁਦੇ ਸ਼ਾਂਤੀ ਦੇ ਪੁੰਜ ਧਰਤੀ ਨੂੰ ਤੀਰਥ ਬਖਸ਼ ਰਾਜ ਜਾਇਕ ਗੁਰੂ ਚਵਰ ਸਾਹਿਬ ਛੇਤਰ ਦੇ ਮਾਲਕ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ ਆਪ ਜੀ ਨੇ ਹਜ਼ੂਰ ਦੇ ਪਵਿੱਤਰ ਗੋਦ ਵਿੱਚ ਸਥਿਤ ਹੋ ਕੇ ਰਾਜੀ ਸਿੰਘਾਂ ਦੇ ਪਾਸੋਂ ਸਚਾਜੇ ਢੰਗ ਦੇ ਸਹਿਤ ਕੀਰਤਨ ਸੁਣ ਕਰਕੇ ਆਨੰਦ ਮਾਣਿਆ ਹੈ। ਜੋ ਲੜੀਵਾਰ ਪਵਿੱਤਰ ਚੱਲ ਰਹੀ ਕਥਾ ਜਪਜੀ ਸਾਹਿਬ ਦੀ ਸੰਗਤਾਂ ਸੁਣਦੀਆਂ ਹਨ, ਸੋ ਅੰਮ੍ਰਿਤ ਵੇਲੇ ਕਥਾ ਹੋਈ ਸੀ। ਹੁਣ ਜਥੇ ਦੇ ਅੱਗੇ ਚਲੇ ਜਾਣ ਦੇ ਕਾਰਨ ਤਿਆਰੀ ਕਰਨੀ ਸੀ, ਜਿਸ ਕਰਕੇ ਪੋਥੀਆਂ ਦੀ ਕਥਾ ਨਹੀਂ ਕੀਤੀ ਗਈ। ਸੋ ਹੁਕਮਨਾਮੇ ਦੀ ਕਥਾ ਜੋ ਪੰਜਵੇਂ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸੋ ਬਖਸ਼ਿਸ਼ ਕਰਦੇ ਹਨ, ਇਸ ਦੇ ਵਿੱਚ ਜੋ ਪ੍ਰਸ਼ਨ ਉੱਤਰ ਹਨ ਜਾਂ ਅਥਵਾ ਉਸ ਅਕਾਲ ਪੁਰਖ ਪਰਮੇਸ਼ੁਰ ਦੀ ਦਿਆਲਤਾ ਹੈ, ਉਹ ਪਰਮੇਸ਼ੁਰ ਕੈਸਾ ਹੈ, ਸੋ ਉਸਦੇ ਰੰਗ ਕੌਂਸ ਕੈਸੇ ਹਨ, ਇਹ ਜੋ ਪਵਿੱਤਰ ਸਿੱਖਿਆ ਸਤਿਗੁਰੂ ਗਰੀਬ ਨਿਵਾਜ ਜੀ ਇਸ ਹੁਕਮਾਂ ਵਿੱਚ ਦੇ ਰਹੇ ਹਨ ਉਹ ਸੰਗਤਾਂ ਪ੍ਰੇਮ ਦੇ ਨਾਲ ਸੁਣੋ। ਅਤੇ ਮੈਂ ਜਥੇ ਵਾਲੇ ਸਿੰਘਾਂ ਨੂੰ ਵੀ ਬੇਨਤੀ ਕਰ ਲਵਾਂ ਜਿਹੜੇ ਆਪਣੇ ਆਪ ਨੂੰ ਬਾਡੀਗਾਰਡ ਪਾਉਂਦੇ ਹੈ, ਜਾਂ ਤੁਹਾਨੂੰ ਇੰਨੀ ਅਕਲ ਨਹੀਂ ਜਥੇ ਨੂੰ ਸੰਗਤ ਦੇ ਵਿੱਚ ਕਿਸ ਤਰ੍ਹਾਂ ਵਿਚਰੀਦਾ ਜਾਂ ਕਿਸ ਤਰ੍ਹਾਂ ਬੈਠੀਦਾ, ਅਤੇ ਜਿਹੜੇ ਸੰਗਤ ਨੇ ਕਦੇ ਸੰਗਤ ਕੀਤੀ ਨਹੀਂ ਅਤੇ ਜਾਂ ਸੁੱਤੇ ਸਿੱਧਾ ਮੱਥਾ ਟੇਕ ਕੇ ਮੁੜ ਕੇ ਚਲੇ ਗਏ, ਉਹਨਾਂ ਨੂੰ ਬਹਿਣ ਦਾ ਕੀ ਤਰੀਕਾ ਹੋਵੇਗਾ। ਬਾਹਰੋਂ ਆ ਕੇ ਮੱਥਾ ਟੇਕ ਕੇ ਜਿੱਥੇ ਥਾਂ ਮਿਲੇ ਉੱਥੇ ਬੈਠਣਾ ਚਾਹੀਦਾ, ਅਤੇ ਆਪਣੇ ਨਿੰਗ ਸਿੰਘ ਨੇ ਫੜਾ ਪਾਇਆ ਹੁੰਦਾ ਇਸ ਤਰ੍ਹਾਂ ਵੇਚੀ ਜਾਂਦਾ ਭਾਵੇਂ ਪੱਗ ਹੀ ਲਾ ਦੇਵੇ ਕਿਸੇ ਦੀ। ਸੋ ਬੜੇ ਪਿਆਰ ਅਤੇ ਸਤਿਕਾਰ ਨਾਲ ਬੈਠਣਾ ਚਾਹੀਦਾ, ਸਰੀਰ ਦੇ ਐਸੀ ਕੋਈ ਹਰਕਤ ਨਹੀਂ ਹੋਣੀ ਚਾਹੀਦੀ ਜਿਸ ਹਰਕਤ ਨੂੰ ਵੇਖ ਕਰਕੇ ਸਾਰੀ ਸੰਗਤ ਦਾ ਧਿਆਨ ਉਸੇ ਪਾਸੇ ਚਲਿਆ ਜਾਵੇ ਅਤੇ ਕੀਰਤਨ ਅਤੇ ਕਥਾ ਵਾਲੇ ਪਾਸੋਂ ਵਿਅਕਤੀ ਉਚਾਟ ਹੋ ਜਾਵੇ, ਐਸਾ ਨਹੀਂ ਕਦੇ ਹੋਣਾ ਚਾਹੀਦਾ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰ ਦੇਣ ਉਹ ਪ੍ਰੇਮ ਨਾਲ ਸੁਣੋ। ਜਿਹੜਾ ਫੋਟੋਗ੍ਰਾਫਰ ਹੈ ਮੈਂ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਲੈਟ ਆ ਜੇ ਉਸ ਪਾਸੇ ਨੂੰ ਕਰੋ, ਮੈਨੂੰ ਗੁਰਬਾਣੀ ਦੇ ਦਰਸ਼ਨ ਕਰ ਲੈਣ ਦੇ, ਅੱਖਾਂ ਦੇ ਸਾਹਮਣੇ ਕੀਤੀ ਇਹਦੇ ਨਾਲ ਦਿਸਦਾ ਕੁਝ ਨਹੀਂ ਸਾਹਮਣੇ ਹੋਣ। ਸੋ ਮਹਾਰਾਜ ਕਿਰਪਾ ਕਰਨ ਅਤੇ ਸਦਾ ਪਿਆਰ ਬਖਸ਼ਣ ਜੋ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਨੇ ਸੁਣੋ ਇਕਾਗਰਤਾ ਨਾਲ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਗਰਭ ਮਹਿ ਆਪਣ ਸਿਮਰਨ ਦੇ। ਸੋਰਠ ਰਾਗਨੀ ਵਿੱਚ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ ਦੂਜੇ ਘਰ ਸੁਰਤ ਦੇ ਅੰਦਰ ਅਕਾਲ ਪੁਰਖ ਪਰਮੇਸ਼ੁਰ ਕੈਸਾ ਹੈ, ਉਸਦੇ ਚਰਨਾਂ ਵਿੱਚ ਬੇਨਤੀ ਕਿਵੇਂ ਕਰਨੀ ਹੈ। ਉਹ ਸਮਰੱਥ ਹੈ, ਸਰਵ ਸ਼ਕਤੀਮਾਨ ਹੈ, ਮਾਤ ਗਰਭ ਮਹਿ ਆਪਣ ਸਿਮਰਨ ਦੇ, ਮਾਤਾ ਦੇ ਗਰਭ ਉਦਰ ਦੇ ਵਿੱਚ ਆਪਣਾ ਸਿਮਰਨ ਦੇ ਕੇ ਤੁਮ ਰੱਖਣ ਹਾਰੇ, ਤੁਮ ਤੁਸੀਂ ਆਪ ਹੀ ਰੱਖਣ ਵਾਲੇ ਹੋਏ ਪਰਮੇਸ਼ੁਰ ਵਾਹਿਗੁਰੂ। ਪਾਵਕ ਸਾਗਰ ਅਥਾਹ ਲਹਿਰ ਮਹਿ, ਪਾਵਕ ਜੋ ਅੱਗ ਦਾ ਬੜਾ ਭਾਰੀ ਸਾਗਰ ਸਮੁੰਦਰ ਅਥਾਹ ਡੂੰਘਾ, ਇਹਦੀਆਂ ਲਹਿਰਾਂ ਦੇ ਵਿੱਚ ਤਾਰਹ ਤਾਰਨ ਹਾਰੇ, ਸਤਿਗੁਰੂ ਪਰਮੇਸ਼ੁਰ ਕਿਰਪਾ ਕਰਕੇ ਤਾਰਨ ਵਾਲੇ ਹੋ ਕਰਕੇ ਸਾਨੂੰ ਤਾਰ ਲਵੋ, ਆਪ ਮਲਾਹ ਰੂਪ ਹੋ ਕਰਕੇ ਸਾਨੂੰ ਮੁਕਤੀ ਰੂਪ ਕਿਨਾਰੇ 'ਤੇ ਲਾ ਦੇਵੋ। ਹਰ ਇੱਕ ਪ੍ਰਾਣੀ ਦਾ ਪ੍ਰਸ਼ਨ ਹੁੰਦਾ ਹੈ, ਆਮ ਕਰਕੇ ਪੜ੍ਹੇ ਲਿਖਿਆ ਦਾ ਤਾਂ ਬਹੁਤਾ ਜ਼ਿਆਦਾ ਵੱਧ ਗਿਆ ਕੰਮ। ਸੋ ਸਤਿਗੁਰੂ ਦੇ ਪਾਸ ਐਸਾ